ਹੈਲੋ ਗਾਇਸ, ਵੈਲਕਮ ਟੂ ਮਾਈ ਨਿਊ ਵਲੋਗ। ਅਤੇ ਅੱਜ ਦੇ ਵਲੋਗ 'ਚ ਤੁਹਾਡਾ ਸਵਾਗਤ ਹੈ ਦੋਸਤੋ। ਅਤੇ ਮੈਂ ਆਇਆ ਹੋਇਆ ਜੀ ਪਲਾਟ 'ਚ, ਅਤੇ ਪਿਛਲੇ ਪਾਸੇ ਮੇਰੇ ਨਾ ਬੜੀ ਜ਼ਿਆਦਾ ਗਰੀਨਰੀ ਜਿਹੜੀ ਹੈ ਨਜ਼ਰ ਆ ਰਹੀ, ਕਾਫੀ ਜ਼ਿਆਦਾ ਗ੍ਰੀਨ ਗ੍ਰੀਨ ਆ। ਸਾਡਾ ਨਾ ਇੱਥੇ ਛੋਟੇ ਬ੍ਰਦਰ ਦਾ ਘਰ ਆ, ਅਤੇ ਮੰਮੀ ਡੈਡੀ ਵੀ ਇੱਥੇ ਹੁੰਦੇ ਆ, ਅਤੇ ਮੰਮੀ ਥੋੜ੍ਹਾ ਠੀਕ ਨਹੀਂ ਸੀ ਅਤੇ ਉਹਨਾਂ ਨੂੰ ਦੇਖਣ ਦੇ ਲਈ ਆਇਆ ਸੀ। ਅਤੇ ਪਿੱਛੇ ਤੁਸੀਂ ਦੇਖਦੇ ਪਏ ਹੋ ਕਾਫੀ ਜ਼ਿਆਦਾ ਗ੍ਰੀਨ ਗ੍ਰੀਨ, ਪੂਰੇ ਖੇਤ ਜਿਹੜੇ ਆ ਉਹ ਇਸ ਟਾਈਮ ਗ੍ਰੀਨ ਗ੍ਰੀਨ ਨਜ਼ਰ ਆ ਰਹੇ ਆ। ਪਿੱਛੇ ਤੁਸੀਂ ਦੇਖਦੇ ਪਏ ਹੋ ਕਾਫੀ ਜ਼ਿਆਦਾ ਵਧੀਆ ਜਿਹੜੀ ਹੈ ਲੋਕੇਸ਼ਨ ਹੈ, ਅਤੇ ਇਹ ਪਿੱਛੇ ਆਪਣਾ ਘਰ ਹੈਗਾ ਆ, ਅਤੇ ਬਿਲਕੁਲ ਹਾਈਵੇ ਦੇ ਉੱਤੇ ਤੁਸੀਂ ਦੇਖਦੇ ਪਏ ਹੋ ਗੱਡੀਆਂ ਕਾਰਾਂ ਲੰਘਦੀਆਂ ਪਈਆਂ ਨੇ, ਅਤੇ ਇਹ ਆਪਣਾ ਘਰ ਆ। ਅਤੇ ਉੱਧਰ ਜਿਹੜੇ ਆ ਮੰਮੀ ਡੈਡੀ ਬੈਠੇ ਹੋਏ ਆ ਜਿਹੜੇ ਗੱਡੀ ਦੇ ਵਿੱਚ, ਅਤੇ ਉਹਨਾਂ ਦੇ ਕੋਲ ਚੱਲਦੇ ਆ, ਨਾਲੇ ਮਾਤਾ ਦਾ ਹਾਲ ਚਾਲ ਵੀ ਪੁੱਛ ਲੈਂਦੇ ਆ, ਅਤੇ ਨਾਲ ਦੀ ਨਾਲ ਜਿਹੜਾ ਤੁਹਾਨੂੰ ਵੀ ਮਾਤਾ ਦੇ ਨਾਲ ਮਿਲਾ ਦਿੰਦੇ ਆ। ਅਤੇ ਕਾਫੀ ਦਿਨਾਂ ਤੋਂ ਕਾਫੀ ਜ਼ਿਆਦਾ ਦਿੱਕਤ ਦੇ ਵਿੱਚ ਸੀ ਮੰਮਾ, ਅਤੇ ਚਲੋ ਚੱਲਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਮੈਂ ਸੋਚਿਆ ਕਿ ਜਾਂਦੇ ਜਾਂਦੇ ਜਿਹੜਾ ਜਿਹੜੀ ਖੇਤੀਬਾੜੀ ਵੀ ਵਿਖਾ ਹੀ ਦਿੰਦੇ ਆ। ਇੱਧਰ ਤੁਸੀਂ ਦੇਖਦੇ ਪਏ ਹੋ ਵੀ ਕਾਫੀ ਜ਼ਿਆਦਾ ਜਿਹੜੇ ਆ ਇਹ ਗੰਢੇ ਜਿਹੜੇ ਆ ਬੀਜੇ ਹੋਏ, ਜਿਹਨੂੰ ਆਪਾਂ ਪਿਆਜ਼ ਕਹਿੰਦੇ ਹਾਂ, ਪਿਆਜ਼ ਦੀ ਖੇਤੀ ਜਿਹੜੀ ਕੀਤੀ ਹੋਈ ਹੈ ਡੈਡੀ ਹੋਣਾਂ ਨੇ। ਇਹ ਲਾਗੇ ਪਲਾਟ 'ਤੇ ਕਿਸੇ ਦਾ ਆ, ਪਰ ਇਹਨਾਂ ਨੇ ਮਤਲਬ ਬੀਜੇ ਹੋਏ, ਉਹਨਾਂ ਨੇ ਕਿਹਾ ਵੀ ਤੁਸੀਂ ਬੀਜ ਬਾਜ ਲਿਆ ਕਰੋ। ਅਤੇ ਇੱਧਰ ਸਰੋਂ ਵੀ ਹੈ, ਉੱਧਰ ਜਿਹੜਾ ਲਸਣ ਆ ਗੰਢੇ ਆ ਉਹ ਪਰੇ ਲਸਣ ਆ, ਅਤੇ ਗੰਢੇ ਮਤਲਬ ਕਹਿਣ ਤੋਂ ਭਾਵ ਵੀ ਪਿਆਜ਼ ਲਸਣ ਜਿਹੜਾ ਆ ਲਾਇਆ ਹੋਇਆ ਆ। ਗੋਭੀ ਵੀ ਜਿਹੜੀ ਹੈ ਉਹ ਲਾਈ ਹੋਈ ਹੈ। ਇੱਧਰ ਵੀ ਸਰੋਂ ਦੇ ਜਿਹੜੇ ਫੁੱਲ ਵੇਖੋ ਕਿਹੜੇ ਕਿਹੜੇ ਸੋਹਣੇ ਖਿੜੇ ਹੋਏ ਨੇ, ਅਤੇ ਗੋਭੀ ਦੇ ਕਾਫੀ ਜ਼ਿਆਦਾ ਫੁੱਲ ਜਿਹੜੇ ਆ ਉਹ ਲੱਗੇ ਹੋਏ ਆ। ਇੱਧਰ ਤੁਸੀਂ ਦੇਖਦੇ ਪਏ ਹੋ ਗੋਭੀ ਦੇ ਫੁੱਲ ਖਿੜੇ ਹੋਏ ਆ, ਅਤੇ ਉਹ ਇੱਕ ਅੱਧਾ ਵੱਢ ਕੇ ਇਹਨਾਂ ਨੇ ਬਣਾਇਆ ਵੀ ਹੋਣਾ ਆ। ਉੱਧਰ ਮੂਲੀਆਂ ਆ ਕਾਫੀ ਜ਼ਿਆਦਾ ਜਿਹੜਾ ਆ ਇਹਨਾਂ ਨੇ ਪਲਾਟ ਦੇ ਵਿੱਚ ਖਾਣ ਪੀਣ ਦਾ ਸਮਾਨ ਬੀਜਿਆ ਹੋਇਆ। ਅਤੇ ਇੱਧਰ ਮਾਤਾ ਨੂੰ ਗੱਡੀ 'ਚ ਬਿਠਾਇਆ ਹੋਇਆ ਕਿਉਂਕਿ ਉਤਰਾ ਬਾਹਰ ਠੰਡੀ ਹਵਾ ਬੜੀ ਵਗਦੀ ਹੈ, ਅਤੇ ਧੁੱਪ ਸੇਕਣ ਵਾਸਤੇ ਮਾਤਾ ਜਿਹੜੀ ਹੈ ਗੱਡੀ 'ਚ ਬੈਠੀ ਰਹਿੰਦੀ, ਨਾਲੇ ਹਵਾ ਨਹੀਂ ਪੈਂਦੀ, ਨਾਲੇ ਨਿੱਘ ਵੀ ਲੱਗ ਜਾਂਦਾ। ਠੀਕ ਆ ਹੁਣ ਹੈਂ? ਠੀਕ ਆ ਠੀਕ ਆ। ਇਹ ਆ ਜੀ ਸਾਡੀ ਮਾਤਾ, ਥੋੜ੍ਹਾ ਠੀਕ ਨਹੀਂ ਸੀ ਕਾਫੀ ਦਿਨਾਂ ਤੋਂ, ਤਾਂ ਹੁਣ ਅੱਗੇ ਨਾਲੋਂ ਕਾਫੀ ਜ਼ਿਆਦਾ ਜਿਹੜਾ ਆਰਾਮ ਆ। ਅਤੇ ਜੈ ਵੀ ਮੇਰੇ ਨਾਲ ਦਾਦੀ ਦਾ ਪਤਾ ਲੈਣ ਆਇਆ ਸੀ। ਜੈ, ਦਾਦੀ ਦਾ ਹਾਲ ਪੁੱਛਿਆ ਜੀ? ਨਹੀਂ ਪੁੱਛਿਆ ਹੀ ਨਹੀਂ। ਅਤੇ ਇੱਧਰ ਆਪਣੇ ਦਾਦੂ ਦੇ ਨਾਲ ਇਹ ਸਾਰੇ ਗੱਡੀ 'ਚ ਨਾ ਐਂ ਬੈਠੇ ਜਿੱਦਾਂ ਗੱਡੀ। ਉਹ ਤੁਸੀਂ ਕਿੱਥੇ ਚੱਲੇ ਹੋ ਗੱਡੀ 'ਚ ਘੁੰਮਣ? ਹੈ ਆ ਤੂੰ ਗੱਡੀ ਉਭਾਲਣਾ ਤਾਂ ਹੀ ਭਜਾ ਉਹਨਾਂ ਕੇ ਹੈ ਆਈ 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 ਹੈ। ਅਤੇ ਇਹ ਸਾਰੇ ਬੈਠੇ ਹੋਏ ਆ ਜੀ, ਧੁੱਪ ਸੇਕਦੇ ਪਏ ਆ ਕਾਫੀ, ਗੱਡੀ ਦੇ ਵਿੱਚ ਹਵਾ ਨਹੀਂ ਵੀ ਲੱਗਦੀ ਅਤੇ ਨਿੱਘ ਵੀ ਲੱਗ ਜਾਂਦਾ। ਅਤੇ ਜੇ ਇੱਧਰ ਆ ਜਾਈਏ ਤਾਂ ਜੀ ਇਹ ਆ ਆਪਣੀ ਚਾਹ ਵਾਲੀ ਦੁਕਾਨ। ਇੱਧਰ ਛੋਟਾ ਬ੍ਰਦਰ ਚਾਹ ਪਾਣੀ ਦਾ ਵੀ ਪ੍ਰੋਗਰਾਮ ਜਿਹੜਾ ਕਰਦਾ ਆ, ਕਸਟਮਰ ਚਾਹ ਵਾਲੇ। ਅਤੇ ਇੱਧਰ ਬਾਊ ਹੋਰੀ ਬੈਠੇ ਹੋਏ ਆ। ਬਾਈ ਵਧਾਈਆਂ ਵਲੌਗ ਚੈਨਲ ਦੀਆਂ। ਅਤੇ ਕਾਫੀ ਦਿਨਾਂ ਤੋਂ ਛੋਟੇ ਨੇ ਵੀ ਜਿਹੜਾ ਆ ਵਲੌਗ ਬਾਰੇ ਸੋਚਦਾ ਪਿਆ ਸੀ, ਅਤੇ ਕੱਲ੍ਹ ਇੱਕ ਇਹਨੇ ਫਸਟ ਵਲੌਗ ਪਾਇਆ ਆ, ਉਹਦਾ ਲਿੰਕ ਮੈਂ ਇਹਦੇ 'ਚ ਹੀ ਦੇ ਦਾਂਗਾ, ਜੇ ਤੁਸੀਂ ਵੇਖਣਾ ਹੋਵੇ ਤਾਂ ਤੁਸੀਂ ਇਹਦਾ ਵਲੌਗ ਜਾ ਕੇ ਵੇਖ ਸਕਦੇ ਹੋ। ਅਤੇ ਬਾਕੀ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਉਹ ਤੁਹਾਡੀ ਮਰਜ਼ੀ, ਉਹ ਨਹੀਂ ਆਪਾਂ ਕਹਿੰਦੇ, ਆਪਣੀ ਮਰਜ਼ੀ ਨਾਲ। ਚੰਗਾ ਲੱਗੇ ਤਾਂ ਜ਼ਰੂਰ ਜਿਹੜਾ ਸਬਸਕ੍ਰਾਈਬ ਕਰਿਓ ਚੈਨਲ ਨੂੰ, ਤਾਂ ਕਿ ਇਹਦੇ ਵਲੌਗ ਵੀ ਜਿਹੜੇ ਆ ਸਕਣ। ਆਉਂਦੇ ਆ ਕਿ ਨਹੀਂ ਆਉਂਦੇ ਆ ਉਹ ਬਾਅਦ ਦੀ ਗੱਲ ਆ। ਅਤੇ ਇਸ ਟਾਈਮ ਸਾਰੇ ਕੈਂਡੀਡੇਟਸ ਨੂੰ ਤੁਸੀਂ ਮਿਲ ਚੁੱਕੇ ਹੋ, ਅਤੇ ਇੱਕ ਕੈਂਡੀਡੇਟ ਜਿਹੜਾ ਸਾਡਾ ਆ ਉਹ ਪੜ੍ਹਾਈਆਂ ਕਰਨ ਗਿਆ ਹੋਇਆ, ਸਕੂਲ ਗਿਆ ਹੋਇਆ, ਅਤੇ 2 ਵਜੇ ਉਹਨੇ ਸਕੂਲ ਆਉਣਾ। ਜੇ ਆਪਾਂ ਰੁਕੇ ਤਾਂ ਫਿਰ ਉਹਨੂੰ ਜ਼ਰੂਰ ਮਿਲਾਵਾਂਗੇ, ਨਹੀਂ ਤਾਂ ਫਿਰ ਉਹ ਠਹਿਰ ਕੇ ਹੋ ਸਕਦਾ ਪਿੰਡ ਆ ਜੇ, ਫਿਰ ਪਿੰਡ ਉਹਦੇ ਨਾਲ ਇੰਜੋਏ ਕਰਾਂਗੇ ਅਤੇ ਵਲੌਗ ਨੂੰ ਕੰਟੀਨਿਊ ਕਰਾਂਗੇ। ਅਤੇ
ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਜਿਹੜੇ ਆ ਬਹੁਤ ਸਾਰੇ ਵਲੌਗ ਤੁਸੀਂ ਦੇਖਦੇ ਹੋ ਅਤੇ ਬੇਨਤੀ ਮੈਂ ਕਰਨਾ ਚਾਹੁੰਦਾ ਵਾਂ ਕਿ ਬਹੁਤ ਸਾਰੇ ਜਿਹੜੇ ਵਲੌਗ ਨੇ ਉਹ ਜ਼ਿਆਦਾਤਰ ਬਾਬਾ ਲਾਲ ਜੀ ਵਾਲੇ ਜਾਂ ਇੱਧਰ ਉੱਧਰ ਵਾਲੇ ਵਲੌਗ ਤੁਸੀਂ ਖਾਸ ਕਰਕੇ ਵੇਖ ਦਿਓ। ਅਸੀਂ ਫੈਮਿਲੀ ਵਲੌਗ ਬਣਾਉਂਦੇ ਹਾਂ, ਬੱਚਿਆਂ ਦੇ ਨਾਲ ਵਲੌਗ ਬਣਾਉਂਦੇ ਹਾਂ, ਬੜੇ ਇੰਜੋਏਬਲ ਜਿਹੜੇ ਵਲੌਗ ਹੁੰਦੇ ਆ ਨਾ। ਕੋਸ਼ਿਸ਼ ਕਰਿਆ ਕਰੋ ਕਿ ਸਾਡੇ ਜਿਹੜੇ ਸਾਰੇ ਵਲੌਗ ਨੇ ਉਹ ਵੇਖਿਆ ਕਰੋ। ਪਤਾ ਕੀ ਹੁੰਦਾ ਆ, ਵਲੌਗ ਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਕਰਨੀ, ਜੇਕਰ ਅਸੀਂ ਇਨਫੋਰਮੇਟਿਵ ਵਲੌਗ ਤੁਹਾਡੇ ਲਈ ਬਣਾਉਂਦੇ ਹਾਂ ਨਾ, ਅਤੇ ਤੁਹਾਡਾ ਯਾਰ ਫਰਜ਼ ਬਣਦਾ ਵੀ ਸਾਡੇ ਸਾਰੇ ਵਲੌਗ ਦੇਖਿਆ ਕਰੋ ਤਾਂ ਕਿ ਉਹਦੇ ਉੱਤੇ ਵਿਊ ਆਉਣ। ਜੇਕਰ ਉਹਦੇ 'ਤੇ ਵਿਊ ਆਉਣਗੇ ਤਾਂ ਸਾਡਾ ਕੁਝ ਖਰਚਾ ਪਾਣੀ ਬਣ ਜਾਂਦਾ ਆ, ਜੇ ਖਰਚਾ ਪਾਣੀ ਬਣੇਗਾ ਤਾਂ ਸਾਡਾ ਹੋਰ ਜ਼ਿਆਦਾ ਜਿਹੜਾ ਅੰਦਰੋਂ ਪ੍ਰਬਲ ਜਿਹੜਾ ਬਾਲਿਆ ਵੱਧਦਾ ਆ, ਹੋਰ ਜ਼ਿਆਦਾ ਵੀਡੀਓ ਬਣਾਉਣ ਦਾ ਦਿਲ ਕਰਦਾ। ਅਤੇ ਜੇਕਰ ਤੁਸੀਂ ਸਾਡੇ ਵੀਡੀਓ ਨਹੀਂ ਵੇਖੋਗੇ, ਸਾਡੇ ਜਿਹੜੇ ਆ ਵਲੌਗ ਨਹੀਂ ਵੇਖੋਗੇ, ਅਦਰ ਵਲੌਗ ਨਹੀਂ ਵੇਖੋਗੇ ਜਾਂ ਫੈਮਿਲੀ ਵਲੌਗ ਨਹੀਂ ਵੇਖਦੇ ਜਾਂ ਤੁਸੀਂ ਨਹੀਂ ਵੇਖਦੇ, ਚੈਨਲ ਸਬਸਕ੍ਰਾਈਬ ਕਰ ਲਿਆ ਅਤੇ ਵਲੌਗ ਵੇਖਦੇ ਨਹੀਂ, 1000-1500 ਸਬਸਕ੍ਰਾਈਬਰ ਆ, ਵਿਊ ਜਿਹੜੇ ਆ 33-34-35, ਅਤੇ ਮਜ਼ਾ ਨਹੀਂ ਆਉਂਦਾ ਯਾਰ। ਫਿਰ ਨਾ ਦਿਲ ਟੁੱਟ ਜਾਂਦਾ, ਫਿਰ ਦਿਲ ਕਰਦਾ ਵੀ ਜਿਹੜੇ ਇਨਫੋਰਮੇਟਿਵ ਵੀਡੀਓ ਉਹ ਵੀ ਅਸੀਂ ਬਣਾਉਣੇ ਜਿਹੜੇ ਆ ਬੰਦ ਕਰ ਦਈਏ, ਤਾਂ ਕਿ ਜਿਹੜੇ ਆ ਉਹਦੇ 'ਤੇ ਨਾ ਤਾਂ ਅਸੀਂ ਇਨਫੋਰਮੇਟਿਵ ਵੀਡੀਓ ਬਣਾਵਾਂਗੇ ਨਾ ਉਹਦੇ ਵਾਲੇ ਸਬਸਕ੍ਰਾਈਬਰ ਆਉਣਗੇ। ਅਤੇ ਫਿਰ ਇਹ ਆ ਵੀ ਜਿਹੜੇ ਵੀ ਸਬਸਕ੍ਰਾਈਬਰ ਆਉਣਗੇ ਉਹ ਘੱਟੋ ਘੱਟ ਸਾਡੇ ਜਿਹੜੇ ਆ ਫੈਮਿਲੀ ਵਲੌਗਸ ਵਾਲੇ ਹੋਣਗੇ, ਅਤੇ ਫੈਮਿਲੀ ਵਲੌਗ ਜਿਹੜੇ ਆ ਜ਼ਿਆਦਾਤਰ ਤੁਸੀਂ ਫਿਰ ਵੇਖਿਆ ਕਰੋਗੇ। ਜਿਹੜੇ ਵੀ ਜਾਣੀ ਕਿ ਫੈਮਿਲੀ ਵਲੌਗ ਨੂੰ ਸਬਸਕ੍ਰਾਈਬ ਕਰਕੇ ਆਉਣਗੇ ਉਹ ਫੈਮਿਲੀ ਵਲੌਗ ਹੀ ਵੇਖਣਗੇ, ਅਤੇ ਜਿਹੜੇ ਅਦਰ ਵਲੌਗ ਨੂੰ ਕਰ ਲੈਂਦੇ ਆ ਅਤੇ ਸਬਸਕ੍ਰਾਈਬ ਕਰ ਲੈਂਦੇ ਉਹ ਫਿਰ ਫੈਮਿਲੀ ਵਲੌਗ ਨੂੰ ਮਿਲਦੇ। ਜ਼ਿਆਦਾਤਰ ਜਿਹੜਾ ਸਾਡਾ ਚੈਨਲ ਹੈ ਫੈਮਿਲੀ ਵਲੌਗ ਵਾਲਾ ਹੀ ਹੈ, ਅਤੇ ਬਸ ਇਹੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਜੇਕਰ ਤੁਹਾਨੂੰ ਸਮਝ ਆ ਗਈ ਤਾਂ ਪਲੀਜ਼ ਕਿਰਪਾ ਕਰੋ ਥੋੜ੍ਹੀ ਜੀ, ਜੇਕਰ ਨਹੀਂ ਆਈ ਤਾਂ ਫਿਰ ਤੁਹਾਡੀ ਮਰਜ਼ੀ ਹੈ, ਥੋੜ੍ਹੇ ਦਿਨ ਹੋਰ ਆਪਾਂ ਬਣਾਵਾਂਗੇ ਇਨਫੋਰਮੇਟਿਵ ਵਲੌਗ, ਨਹੀਂ ਤਾਂ ਫਿਰ ਉਹ ਸਾਰੇ ਡਿਲੀਟ ਕਰਕੇ ਸਿਰਫ ਉਹ ਹੋਮ ਫੈਮਿਲੀ ਵਲੌਗ ਹੀ ਚੱਲਣਗੇ। ਤਾਂ ਠੀਕ ਹੈ ਦੋਸਤੋ, ਬਣੇ ਰਹੋ ਵਲੌਗ ਦੇ ਐਂਡ ਤੱਕ, ਜੇਕਰ ਤੁਸੀਂ ਦੇਖਦੇ ਪਏ ਹੋ ਤਾਂ ਧੰਨਵਾਦ। ਮੈਂ ਤੁਹਾਨੂੰ ਬਾਹਰ ਲੈ ਕੇ ਆਇਆ ਵਾਂ ਅਤੇ ਅੱਜ ਅਸੀਂ ਤੁਹਾਨੂੰ ਸਿਖਾਉਣਾ ਆ ਕਿ ਹਾਊ ਟੂ ਸੂਟ ਮਾਈ ਫਸਟ ਵਲੌਗ, ਆਪਣਾ ਜਿਹੜਾ ਪਹਿਲਾ ਵਲੌਗ ਆ ਉਹ ਸੂਟ ਕਿਵੇਂ ਕਰਨਾ ਆ ਅਤੇ ਕਿਸ ਤਰ੍ਹਾਂ ਕਰਨਾ ਆ, ਉਹ ਸਾਰੇ ਦਾ ਸਾਰਾ ਅਸੀਂ ਤੁਹਾਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਆਓ ਅੱਗੇ ਵੱਧਦੇ ਹਾਂ। ਅਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵਲੌਗ ਬਣਾਉਂਦੇ, ਅਤੇ ਅੱਜ ਮੇਰਾ ਦਿਲ ਕੀਤਾ ਵੀ ਬਾਹਰ ਆਇਆ ਹੋਇਆ ਵਾ ਤਾਂ ਮੈਂ ਤੁਹਾਡੇ ਨਾਲ ਗੱਲ ਕਰਾਂ ਕਿ ਅਸੀਂ ਵਲੌਗ ਕਿੱਦਾਂ ਬਣਾਉਂਦੇ ਹਾਂ, ਵਲੌਗ ਬਣਾਉਣ ਦਾ ਅਸਲੀ ਤਰੀਕਾ ਕੀ ਹੈ, ਤੁਸੀਂ ਵਲੌਗ ਬਣਾਉਂਦੇ ਹੋ। ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਜੇਕਰ ਤੁਸੀਂ ਵਲੌਗਰ ਬਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ 'ਤੇ ਤੁਹਾਨੂੰ ਇਹੀ ਵਲੌਗ ਬਣਾਉਣੇ ਵੀ ਹੌਲੀ ਹੌਲੀ ਸਿਖਾਉਣੇ ਸ਼ੁਰੂ ਕਰ ਦਾਂਗੇ। ਅਤੇ ਵਲੌਗ ਕਿੱਦਾਂ ਬਣਾਉਣੇ ਆ, ਜ਼ਿਆਦਾਤਰ ਲੋਕ ਨਾ ਇੱਦਾਂ ਕਰਕੇ ਫੋਨ ਫੜਦੇ, ਇੱਦਾਂ ਕਦੇ ਫੋਨ ਨਹੀਂ ਫੜਨਾ ਕਿਉਂਕਿ ਇੱਦਾਂ ਫੋਨ ਫੜਨ ਦੇ ਨਾਲ ਇੱਕ ਤਾਂ ਤੁਹਾਡੀ ਆ ਸਕਰੀਨ ਕਵਰ ਹੋ ਗਈ, ਇੱਕ ਜੇ ਹੈ ਨਾ ਜੇਕਰ ਤੁਸੀਂ ਫਰੰਟ ਕੈਮਰੇ 'ਤੇ ਬਣਾਉਂਦੇ, ਜੇਕਰ ਤੁਸੀਂ ਫਰੰਟ ਕੈਮਰੇ 'ਤੇ ਨਹੀਂ ਵੀ ਬਣਾਉਂਦੇ ਤਾਂ ਤੁਸੀਂ ਇਸ ਤਰ੍ਹਾਂ ਕਰਕੇ ਬੈਕ ਕੈਮਰਾ ਵੀ ਕਰ ਸਕਦੇ ਹੋ। ਬੈਕ ਕੈਮਰੇ 'ਤੇ ਇੱਕ ਤਾਂ ਵਿਊ ਤੁਹਾਡਾ ਜਿਹੜਾ ਆ ਵੱਡਾ ਆ ਜਾਂਦਾ ਆ, ਅਤੇ ਦੂਸਰਾ ਜਿਹੜਾ ਆ ਤੁਹਾਨੂੰ ਵਧੀਆ ਜਿਹੜੀ ਕੁਆਲਿਟੀ ਵੀ ਨਿਕਲ ਕੇ ਸਾਹਮਣੇ ਆਉਂਦੀ, ਕਿਉਂਕਿ ਕਈਆਂ ਲੋਕਾਂ ਦੇ ਜਿਹੜਾ ਫਰੰਟ ਕੈਮਰੇ ਜਿਹੜੇ ਆ ਘੱਟ ਰੈਜੂਲੇਸ਼ਨ ਵਾਲੇ ਹੁੰਦੇ ਅਤੇ ਕੁਆਲਿਟੀ ਘੱਟ ਨਿਕਲਦੀ ਹੈ, ਅਤੇ ਕਈ ਲੋਕਾਂ ਦੇ ਜਿਹੜੇ ਕੈਮਰੇ ਫਰੰਟ ਕੈਮਰੇ ਵੀ ਵਧੀਆ ਹੁੰਦੇ, ਜੇਕਰ ਤੁਹਾਡਾ ਫਰੰਟ ਕੈਮਰਾ ਵਧੀਆ ਆ ਤਾਂ ਫਿਰ ਜਿਹੜਾ ਕੈਮਰੇ ਨੂੰ ਫੜਨ ਦਾ ਤਰੀਕਾ ਨਾ ਉਹ ਆਹ ਦੇਖੋ, ਇਸ ਤਰ੍ਹਾਂ ਕਰਕੇ ਫੜਨਾ ਆ। ਮੈਂ ਤੁਹਾਨੂੰ ਜਿਹੜਾ ਥੋੜ੍ਹਾ ਜਿਹਾ ਨਜ਼ਦੀਕ ਕਰਕੇ ਦੱਸ ਦਿੰਦਾ ਵੀ ਇੱਦਾਂ ਫੜਨਾ ਆ, ਜਿਹੜੀ ਗ੍ਰਿਪ ਆ ਇੱਕ ਚੀਚੀ ਥੱਲੇ ਅੰਗੂਠਾ ਇੱਥੇ, ਅਤੇ ਇਹਨੂੰ ਉੱਤੋਂ ਪਾ ਲੈਣਾ ਆ, ਪੂਰੀ ਜਿਹੜੀ ਗ੍ਰਿਪ ਤੁਸੀਂ ਦੇਖਦੇ ਪਏ ਹੋ ਆਹ ਦੋ ਉਂਗਲਾਂ ਪਿੱਛੇ ਰੱਖੇ ਜਾਣੀਆਂ ਆ। ਇੱਦਾਂ ਕਰਕੇ ਜਿਹੜਾ ਆ ਤੁਸੀਂ ਆਪਣਾ ਵਲੌਗ ਜਿਹੜਾ ਬਣਾ ਸਕਦੇ ਹੋ, ਅਤੇ ਕਿਤੇ ਵੀ ਤੁਸੀਂ ਜਾਂਦੇ ਹੋ ਉੱਚੀ ਆਵਾਜ਼ ਦੇ ਵਿੱਚ ਜਦੋਂ ਵੀ ਮਤਲਬ ਵਲੌਗ ਬਣਾਉਣਾ ਹੈ, ਕੋਸ਼ਿਸ਼ ਕਰੋ ਕਿ ਉੱਚੀ ਆਵਾਜ਼ ਦੇ ਵਿੱਚ ਵਲੌਗ ਬਣਾਇਆ ਜਾਏ ਤਾਂ ਕਿ ਜਿਹੜਾ ਵਲੌਗ ਆ ਉਹ ਤੁਹਾਡਾ ਵਧੀਆ ਬਣ ਸਕੇ, ਤਾਂ ਕਿ ਤੁਹਾਡੀ ਜਿਹੜੀ ਵੋਕਲ ਆ ਉਹ ਸਹੀ ਆ ਸਕੇ। ਜੇਕਰ ਤੁਸੀਂ ਆਪਣੇ ਵਲੌਗ ਨੂੰ ਮਤਲਬ ਸਹੀ ਤਰੀਕੇ ਨਾਲ ਜਾਂ ਘੱਟ ਆਵਾਜ਼ 'ਚ ਮਰਿਆ ਵਾਂਗੂ ਕਿ ਅੱਜ ਜੀ ਮੈਂ ਤੁਹਾਡਾ ਲੱਗਾ ਵਾਂ ਜੀ ਵਲੌਗ ਬਣਾਉਣ 'ਤੇ, ਚੱਲ ਇੱਦਾਂ ਦੀ ਆਵਾਜ਼ ਨਹੀਂ, ਖਿੱਚ ਕੇ ਬੋਲੋ ਲਾ ਜੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਦੇ, ਤੁਸੀਂ ਦੇਖਦੇ ਪਿਓ ਇੱਦਾਂ ਇੱਦਾਂ ਬੋਲਣਾ ਆ, ਖੁੱਲ੍ਹਾ ਡੁੱਲਾ ਬੋਲਣਾ, ਅਤੇ ਇੱਦਾਂ ਕਰਕੇ ਤੁਸੀਂ ਫਰੰਟ ਕੈਮਰੇ 'ਤੇ ਬਣਾ ਲੈਣਾ। ਅਤੇ ਫਰੰਟ ਕੈਮਰੇ ਨਾਲੋਂ ਜ਼ਿਆਦਾ ਪ੍ਰੈਫਰ ਮੈਂ ਕਰਾਂਗਾ ਕਿ ਅਗਰ ਤੁਹਾਡੇ ਫੋਨ ਦਾ ਜਿਹੜਾ ਫਰੰਟ ਕੈਮਰਾ ਸਹੀ ਨਹੀਂ ਹੈਗਾ ਤਾਂ ਉਹਦਾ ਤੁਸੀਂ ਬੈਕ ਕੈਮਰੇ ਦੇ ਉੱਤੇ ਜਿਹੜਾ ਆ ਇਸ ਤਰ੍ਹਾਂ ਕਰਕੇ ਜਿਹੜਾ ਆ
ਵਾਈਡ ਐਂਗਲ ਆਪਣਾ ਕੈਮਰਾ ਖੋਲ੍ਹਣਾ। ਵਾਈਡ ਐਂਗਲ ਕੈਮਰੇ ਸਾਰਿਆਂ 'ਚ ਹੁੰਦੇ ਆ, ਅਤੇ ਵਾਈਡ ਐਂਗਲ ਖੋਲ੍ਹ ਕੇ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹਦੇ 'ਚ ਤੁਹਾਨੂੰ ਕੀ ਬੈਨੀਫਿਟ ਹੋਣਾ ਆ ਕਿ ਤੁਸੀਂ ਮੰਨ ਲਓ ਆਹ ਸ਼ੂਟ ਕਰਦੇ ਪਏ ਹੋ, ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਜੇ ਵੋ, ਅਤੇ ਜੇਕਰ ਤੁਸੀਂ ਬੈਗ 'ਤੇ ਕੋਈ ਚੀਜ਼ ਵਿਖਾਉਣੀ ਤਾਂ ਇੱਦਾਂ ਘੁਮਾ ਸਕਦੇ ਹੋ ਨਾਲ ਹੀ। ਜਦੋਂ ਤੁਸੀਂ ਇੱਦਾਂ ਘੁਮਾਓਗੇ ਅਤੇ ਬੈਗ ਦਾ ਪ੍ਰੀਵਿਊ ਵੀ ਦੇ ਸਕਦੇ ਹੋ, ਅਤੇ ਬੈਕ ਕੈਮਰਾ ਤੁਹਾਡਾ ਚੱਲਦਾ ਪਿਆ ਆ, ਅਤੇ ਬੈਕ ਕੈਮਰਾ ਚੱਲਦੇ ਚੱਲਦੇ ਨਾਲ ਹੀ ਤੁਸੀਂ ਆਪਣੇ ਫੇਸ ਵੱਲ ਨੂੰ ਵੀ ਇੱਦਾਂ ਕਰ ਸਕਦੇ ਹੋ ਕਿ ਦੋਸਤੋ ਮੈਂ ਇੱਥੇ ਖੜਾ ਵਾਂ ਜੇ ਵੋ, ਅਤੇ ਇਸ ਤਰੀਕੇ ਦੇ ਨਾਲ ਜਿਹੜਾ ਆ ਤੁਸੀਂ ਵਲੌਗ ਜਿਹੜਾ ਆ ਬਣਾ ਸਕਦੇ ਹੋ, ਅਤੇ ਵਲੌਗ ਬਣਾ ਕੇ ਤੁਸੀਂ ਆਪਣੀ ਆਡੀਅੰਸ ਤੱਕ ਪਹੁੰਚਾ ਸਕਦੇ ਹੋ। ਬੈਕ ਕੈਮਰੇ 'ਤੇ ਵਲੌਗ ਜਿਹੜਾ ਆ ਸੋਹਣਾ ਬਣਦਾ ਆ। ਬਸ ਇਹ ਆ ਵੀ ਬੈਕ ਕੈਮਰੇ 'ਤੇ ਤਰੀਕਾ ਜਿਹੜਾ ਆ ਵਲੌਗ ਬਣਾਉਣ ਦਾ ਸਹੀ ਹੋਣਾ ਚਾਹੀਦਾ। ਸੌਰਵ ਜੋਸ਼ੀ ਵਲੌਗਜ ਜਾਂ ਫਿਰ ਤੁਸੀਂ ਮਨੋਜ ਦੇ ਵਲੌਗਜ ਵੇਖੋਗੇ ਤਾਂ ਉਹ ਵੀ ਜਿਹੜੇ ਆ ਬੈਕ ਕੈਮਰੇ 'ਤੇ ਇਸੇ ਤਰ੍ਹਾਂ ਹੀ ਵਲੌਗ ਬਣਾਉਂਦੇ ਨੇ। ਅਤੇ ਚਲੋ ਦੋਸਤੋ ਤੁਹਾਨੂੰ ਵਲੌਗ ਬਣਾਉਣਾ ਸਿਖਾ ਦਿੱਤਾ ਆ। ਹੋਰ ਵੀ ਜੇਕਰ ਤੁਸੀਂ ਕੁਝ ਸਿੱਖਣਾ ਚਾਹੁੰਦੇ ਹੋ ਵਲੌਗ ਦੇ ਪ੍ਰਤੀ, ਵਲੌਗ ਕਿਸ ਤਰ੍ਹਾਂ ਬਣਾਏ ਜਾਣ, ਅਤੇ ਸਾਡੇ ਚੈਨਲ ਨਾਲ ਐਂਡ ਤੱਕ ਜ਼ਰੂਰ ਜੁੜੇ ਰਹੋ ਤਾਂ ਕਿ ਅਸੀਂ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਅਤੇ ਵਲੌਗਜ਼ ਲੈ ਕੇ ਹਾਜ਼ਰ ਹੁੰਦੇ ਰਹੀਏ। ਚਲੋ ਮਿਲਦੇ ਕਿਸੇ ਅਗਲੇ ਵਲੌਗ 'ਚ।